ਸੰਗਰੂਰ ਦੇ ਮੂਨਕ ਇਲਾਕੇ ਦੇ ਲੋਕਾਂ ਲਈ ਘੱਗਰ ਨਦੀ ਕਿਸੇ ਸ਼ਰਾਪ ਤੋਂ ਘੱਟ ਨਹੀਂ ਹੈ। ਦਰਅਸਲ ਬਰਸਾਤਾਂ ਦੇ ਸਮੇਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੰਦੀ ਹੈ। ਜਦੋਂ ਬਰਸਾਤਾਂ ਨਹੀਂ ਹੁੰਦੀਆਂ ਤਾਂ ਨੇੜੇ ਤੇੜੇ ਦੇ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਦਿੰਦੀ ਹੈ। ਘੱਗਰ ਦਾ ਜ਼ਹਿਰ ਲੋਕਾਂ ਉੱਤੇ ਕਿੰਜ ਭਾਰੀ ਬਣਦਾ ਜਾ ਰਿਹਾ ਹੈ। ਖਨੌਰੀ ਤੋਂ ਚੱਲ ਕੇ ਬਨਾਰਸੀ, ਚਾਂਦੂ, ਥੇੜੀ, ਅੰਨਦਾਣਾ, ਬੋਪੁਰ, ਬਨਾਰਸੀ, ਮੰਡਵੀ ਤੋਂ ਮੂਨਕ ਤੱਕ ਜੋ ਲੋਕ ਘੱਗਰ ਕਿਨਾਰੇ ਵਸਦੇ ਹਨ ਜਾਂ ਖੇਤੀ ਕਰ ਰਹੇ ਹਨ, ਪੰਜਾਬ ਦੇ ਲੋਕਾਂ ਲਈ ਇਹ ਨਦੀ ਕਿਸੇ ਸ਼ਰਾਬ ਤੋਂ ਘੱਟ ਨਹੀਂ। ਇਹਨਾਂ ਲੋਕਾਂ ਨੂੰ ਦੋ ਤਰ੍ਹਾਂ ਤੋਂ ਮਾਰ ਪੈ ਰਹੀ ਹੈ। ਪਹਿਲਾਂ ਜਦੋਂ ਬਰਸਾਤ ਹੁੰਦੀਆਂ ਹਨ ਤਾਂ ਹਿਮਾਚਲ ਤੋਂ ਤੇਜ਼ ਵਗਦਾ ਹੋਇਆ ਪਾਣੀ ਇਸ ਦੇ ਕਿਨਾਰਿਆਂ ਨੂੰ ਤੋੜ ਕੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੰਦਾ ਹੈ। ਇਸ ਦੇ ਕੰਢੇ ਵਸੇ ਇੱਕ ਦਰਜਨ ਦੇ ਕਰੀਬ ਪਿੰਡ ਦਾ ਅਜਿਹਾ ਹੀ ਹਾਲ ਹੈ। ਹਰ ਘਰ ਵਿੱਚ ਕੋਈ ਨਾ ਕੋਈ ਬਿਮਾਰੀ ਹੈ। ਹਰ ਦੋ ਘਰ ਛੱਡ ਕੇ ਤੀਸਰੇ ਘਰ ਵਿੱਚ ਭਿਆਨਕ ਬਿਮਾਰੀਆਂ ਨੇ ਦਸਤਕ ਦਿੱਤੀ ਹੋਈ ਹੈ, ਜਿਸ ਵਿੱਚ ਕੈਂਸਰ, ਕਾਲਾ ਪੀਲੀਆ, ਕਿਡਨੀ ਦੀਆਂ ਬਿਮਾਰੀਆਂ ਸ਼ਾਮਲ ਹਨ। ਸਾਡੇ ਪਿੰਡ ਦੇ ਬਹੁਤ ਮਾੜੇ ਹਾਲਾਤ ਹੈ। ਸਾਡੇ ਪਿੰਡ ਮੈਂ ਕਿਡਨੀਆਂ ਕੇ, ਐਲਰਜੀ ਕੇ, ਸਾਹ ਕੇ, ਲਗਭਗ ਕੈਂਸਰ ਕੇ ਬਹੁਤ ਜ਼ਿਆਦਾ ਮਰੀਜ਼ ਹੈ ਸਰ। ਇਹ ਲਗਭਗ 25-30 ਸਾਲਾਂ ਤੋਂ ਸਰ ਸਾਡੇ ਪਿੰਡ ਦੇ ਬਹੁਤ ਹੀ ਮਾੜੇ ਹਾਲਾਤ ਹੈ। ਪਿਛਲੇ ਸਾਲਾਂ ਤੋਂ ਸਥਿਤੀ ਬਹੁਤ ਜ਼ਿਆਦਾ ਮਾੜੀ ਹੈ ਸਰ। ਇਹ ਜਿਹੜਾ ਸਾਡੇ ਪਿੰਡ ਦੇ ਨੇੜੇ ਘੱਗਰ ਵਗਦਾ ਹੈ ਸਰ, ਮੇਨ ਪ੍ਰੋਬਲਮ ਉਸਕਾ ਪਾਣੀ ਕੀ ਹੈ ਜੀ। ਜਿਹੜਾ ਫੈਕਟਰੀਆਂ ਕਾ, ਜਿੰਨੀ ਵੀ ਘੱਗਰ ਦੇ ਨੇੜੇ ਫੈਕਟਰੀਆਂ, ਕੈਮੀਕਲ ਵਾਲਾ ਪਾਣੀ ਹੈ ਸਾਰਾ ਸਰ, ਉਹ ਘੱਗਰ ਮੈਂ ਮਤਲਬ ਫੈਕਟਰੀਆਂ ਗਿੜਨ ਲੱਗ ਰਹੀ ਹੈ, ਜਿਸ ਕਰਕੇ ਉਹ ਪਾਣੀ ਚੋਆ ਰਾਹੀਂ ਹੋ ਕੇ ਤੋਂ ਮਤਲਬ ਜਿਹੜੇ ਅਸੀਂ ਬੋਰ ਲਾਏ ਹੋਏ ਆ ਸਮਰਸੀਬਲ ਪਾਣੀ ਪੀਣ ਵਾਲੇ, ਉਨਕਾ ਰਾਹੀਂ ਅਸੀਂ ਉਹ ਪਾਣੀ ਪੀਂਦੇ ਹਾਂ ਜਿਹੜਾ ਮਤਲਬ ਫੈਕਟਰੀਆਂ ਕੈਮੀਕਲ ਵਾਲਾ ਪਾਣੀ ਹੈ ਸਰ। ਉਸਕੀ ਵਜ੍ਹਾ ਤੋਂ ਇਹ ਸਾਰੀਆਂ ਬਿਮਾਰੀਆਂ ਹੋ ਰਹੀਆਂ ਸਰ। ਪਾਣੀ ਚੈੱਕਅਪ ਕਰਵਾਇਆ ਕਦੇ? ਹਾਂ, ਕਈ ਵਾਰੀ ਕਰਵਾਇਆ ਸਰ। 500, 400, 550, 600, 700 ਤੱਕ ਉਸਕਾ ਜਿਹੜੀ ਉਹ ਰੇਂਜ ਹੁੰਦੀ ਉਹ ਆਵੇ ਜੀ। ਹਾਂਜੀ, ਕਿਡੀਐਸ ਬਹੁਤ ਜ਼ਿਆਦਾ। ਕਦੇ ਸਰਕਾਰਾਂ ਨੂੰ ਮਿਲੇ ਹੋ ਕਦੇ? ਮਿਲੇ ਹਾਂ ਸਰ। ਜਿਹੜੀਆਂ ਪਿਛਲੀਆਂ ਸਰਕਾਰਾਂ ਬਣੀਆਂ, ਅਕਾਲੀ ਦਲ ਵੇਲੇ ਬਣੀਆਂ, ਕਾਂਗਰਸ ਵੇਲੇ ਬਣੀਆਂ, ਕਿਸੇ ਨੇ ਸਰਕਾਰਾਂ ਨੂੰ ਕੋਈ ਸੁਣਵਾਈ ਨਹੀਂ ਕਰੀ ਇਸ ਮੁੱਦਾ ਪੇ ਸਰ। ਬਹੁਤ ਰੌਲਾ ਪਾਇਆ ਸੀ ਵੀ ਇਸ ਮੈਂ ਫੈਕਟਰੀਆਂ ਪਾਣੀ ਪਾਉਣਾ ਬੰਦ ਕਰੋ, ਲੇਕਿਨ ਕਿਸੇ ਸਰਕਾਰ ਨੇ ਕੋਈ ਗੌਰ ਹੀ ਨਹੀਂ ਕਰੀ ਜੀ, ਇਸ ਚੀਜ਼ ਪੇ ਸੁਣਵਾਈ ਨਹੀਂ ਕਰੀ ਸਰ। ਇਹ ਹਾਲਾਤ ਬਹੁਤ ਮਾੜੇ ਨੇ ਜੀ। ਜਿਹੜਾ ਸਾਡਾ ਘੱਗਰ ਦਰਿਆ ਹੈ ਜੀ, ਇਸ ਦਾ ਫੈਕਟਰੀਆਂ ਦਾ ਪਾਣੀ ਪੈਂਦਾ ਜੀ, ਅਤੇ ਆਪਣਾ ਜਿਹੜਾ ਇੱਕ ਚੂਹਾ ਹੈ ਜੀ ਰਿਆਊ ਵਾਲਾ, ਉਹਦਾ ਵੀ ਪਾਣੀ ਗੰਦਾ ਪਾਤਰਾਂ ਤੋਂ ਆ ਰਿਹਾ ਜੀ। ਉਸ ਕਰਕੇ ਇਸਦਾ ਪਾਣੀ ਪਹਿਲਾਂ ਬਹੁਤ ਵਧੀਆ ਸੀ ਜੀ, ਹੁਣ 20-25 ਸਾਲਾਂ ਤੋਂ ਇਹ ਪਾਣੀ ਬਿਲਕੁਲ ਖਰਾਬ ਹੋ ਗਿਆ। ਹੁਣ ਸਾਡੇ ਪਰਿਵਾਰ ਦੇ ਜੀ 3-4 ਜੀ ਚਲੇ ਗਏ ਨੇ ਜੀ। ਕਿਸੇ ਨੂੰ ਜੀ ਕੈਂਸਰ ਦੀ ਬਿਮਾਰੀ ਹੋ ਗਈ, ਕਾਲਾ ਪੀਲੀਆ ਹੋ ਗਿਆ, ਅਤੇ ਆਪਣਾ ਜੀ ਦੂਜਾ ਪੀਲੀਆ ਹੋ ਗਿਆ। ਅਤੇ ਜੀ ਹੁਣ ਅਸੀਂ ਇਹ ਕਹਿੰਦੇ ਹਾਂ ਜੀ, ਇਸਦਾ ਕੋਈ ਹੱਲ ਨਿਕਲੇ ਵਧੀਆ, ਇਹਦਾ ਕੋਈ ਉਪਰਾਲਾ ਹੋਣਾ ਚਾਹੀਦਾ। ਘਰ ਦੇ ਵਿੱਚ ਕੌਣ ਪੇਸ਼ੈਂਟ ਹੈ? ਸਾਡਾ ਪੇਸ਼ੈਂਟ ਨਹੀਂ ਜੀ, ਸਾਡੇ ਤਾਂ ਮੇਰੇ ਪਿਤਾ ਜੀ ਸੀ, ਉਹ ਗੁਜ਼ਰ ਗਏ ਨੇ ਜੀ। ਵੱਡਾ ਭਾਈ ਸੀ ਜੀ, ਉਹਦਾ ਵੱਡਾ ਆਪਰੇਸ਼ਨ ਹਿਸਾਰ ਹੋਇਆ ਕੈਂਸਰ ਦਾ ਜੀ। ਪਿਤਾ ਦਾ ਵੀ ਕੈਂਸਰ ਦਾ ਹਿਸਾਰ ਹੋਇਆ ਜੀ। ਇੱਕ ਤਾਂ ਸਾਡਾ ਮੇਰਾ ਛੋਟਾ ਭਰਾ ਸੀ ਜੀ, ਉਹਦਾ ਲਿਆ ਚੰਡੀਗੜ੍ਹ PGI 'ਚੋਂ ਸੀ ਜੀ, ਉਹ ਵੀ ਪੂਰੇ ਹੋ ਗਏ ਨੇ ਜੀ। ਅਤੇ ਹੁਣ ਇੱਕ ਮਾਤਾ ਜੀ, ਉਹ ਥੋੜ੍ਹੇ ਵਾਲੇ ਢਿੱਲੇ ਰਹਿੰਦੇ ਨੇ ਜੀ, ਇਸੇ ਕਰਕੇ ਉਹਨਾਂ ਨੂੰ ਥੋੜ੍ਹਾ ਵਾਲਾ ਪੀਲੀਏ ਦੀ ਸ਼ਿਕਾਇਤ ਹੈ ਜੀ ਉਹਨਾਂ ਨੂੰ। ਪਰਿਵਾਰ ਦੇ ਵਿੱਚ ਜਾਣ ਕੇ 4-5 ਜਿਹੜੇ ਪੇਸ਼ੈਂਟ ਨੇ, 3 ਦਾ ਕੈਂਸਰ ਨੂੰ ਤੁਸੀਂ ਡੈਥ ਹੋ ਚੁੱਕੀ? ਹਾਂਜੀ ਹਾਂਜੀ ਹਾਂਜੀ, ਹੋ ਚੁੱਕੀ ਹੈ ਜੀ ਉਹਨਾਂ ਦਾ। ਹੁਣ ਸਾਡਾ ਜੀ ਕੁਛ ਪਹਿਲਾਂ ਤਾਂ ਚਲੋ ਜੀ, ਅਸੀਂ ਪੈਸਾ ਘੱਗਰ ਦਾ ਜਿਹੜਾ ਬੰਦਾ ਪੈਸਾ ਮਿਲ ਗਿਆ ਸੀ ਉਹ ਲਾਉਂਦੇ ਰਹੇ। ਹੁਣ ਸਾਡੇ ਕੋਲ ਜੀ ਨਾ ਗੁੰਜਾਇਸ਼ ਹੈ ਹੀ ਨਹੀਂ ਕਿਸੇ ਦੀ ਜੋ ਪੈਸੇ ਲਾਉਣ ਦੀ। ਹੁਣ ਤਾਂ ਸਾਨੂੰ ਆੜਤੀ ਵੀ ਜਵਾਬ ਦੇ ਗਈ। ਬਹੁਤ ਬੁਰਾ ਹਾਲ ਹੈ ਜੀ, ਪਿੰਡ ਦੇ ਬਹੁਤ ਮਰੀਜ਼ ਹੋ ਗਏ ਨੇ ਜੀ। ਜਿਵੇਂ ਮੈਂ ਖੁਦ ਕਿਡਨੀ ਦਾ ਮਰੀਜ਼ ਹਾਂ ਜੀ, ਮੈਂ ਕਿਡਨੀ ਚੇਂਜ ਕਰਵਾਈ ਜੀ। ਮੇਰੀ ਮੰਮੀ ਸੀ ਉਹ ਕੈਂਸਰ ਦਾ ਮਰੀਜ਼ ਸੀ, ਡੈਥ ਹੋ ਗਈ ਉਹਦੀ। ਹੁਣ ਡੈਡੀ ਨੇ ਦੱਸ ਰੱਖਿਆ ਜੀ ਮੇਰੇ, ਪਾਣੀ ਦਾ ਬਹੁਤ ਬੁਰਾ ਹਾਲ ਹੈ ਸਾਡੇ। ਇੱਕ ਭਰਾ ਸੀ ਮੇਰੇ ਚਾਚੇ ਦਾ ਮੁੰਡਾ, ਉਹ ਕਿਡਨੀ ਦੇ ਐਂ ਡੈਥ ਹੋ ਗਈ ਉਹਦੀ। ਕੀ ਕਾਰਨ ਹੈ? ਕੀ ਆ? ਪਾਣੀ ਦਾ ਕਾਰਨ ਹੈ ਸਭ ਤੋਂ ਵੱਡਾ, ਜਿਹੜਾ ਪਾਣੀ ਗੰਦਾ ਆ ਜਾਏ ਘੱਗਰ 'ਚ। ਘੱਗਰ ਦਾ ਪਾਣੀ ਕਿਵੇਂ ਸੰਪਰਕ 'ਚ ਕਿਵੇਂ ਆਉਂਦਾ, ਕਿਵੇਂ ਲੋਕ ਬਿਮਾਰ, ਕਿਵੇਂ ਸਮੈਲ ਆਉਂਦੀ ਜੀ ਬੁਰੀ ਤਰ੍ਹਾਂ ਪਾਣੀ ਦੀ? ਜਿਵੇਂ ਹਵਾ ਦਾ ਫੇਰ ਹੁੰਦਾ ਹੈ, ਪਿੰਡ 'ਚ ਬਹੁਤ ਸਮੈਲ ਆਉਂਦੀ ਹੈ ਪਾਣੀ ਦੀ। ਹਾਂ, ਇੱਧਰਲੇ ਪਾਸੇ ਖੇਤ ਨੇ ਘੱਗਰ ਤੋਂ ਪਾਰ, ਉੱਧਰ ਵੀ ਆਉਣਾ ਜਾਣਾ ਪੈਂਦਾ ਸਾਨੂੰ। ਜਿਵੇਂ ਚੋਏ ਦਾ ਪਾਣੀ ਸੰਪਰਕ ਕਰਦਾ ਜੀ ਨਾਲ, ਆਪਾਂ ਪੀਂਦੇ ਹਾਂ ਪਾਣੀ ਬੋਰਾਂ ਦਾ, ਉਹਦੇ ਵਿੱਚ ਵੀ ਮਿਲਾਵਟ ਹੁੰਦੀ ਹੈ ਫਿਰ ਪਾਣੀ ਦੀ। ਕਦੋਂ ਤੋਂ ਦਿੱਕਤ ਆ ਰਹੀ ਹੈ? ਬਹੁਤ ਟਾਈਮ ਤੋਂ ਆ ਰਹੀ ਹੈ ਜੀ ਦਿੱਕਤ, ਇਹ ਤਾਂ 8-9 ਸਾਲ ਤਾਂ ਮੇਰੀ ਮੰਮੀ ਨੂੰ ਗੁਜ਼ਰੇ ਨੂੰ, 25-30 ਸਾਲ ਤੋਂ ਹੈਗੇ ਜੀ। ਕਾਹਦਾ ਪਾਣੀ ਆਉਂਦਾ ਇਹਦੇ ਵਿੱਚ? ਫੈਕਟਰੀਆਂ ਦਾ ਪਾਣੀ ਆਉਂਦਾ ਜ਼ਿਆਦਾਤਰ, ਤਕਰੀਬਨ ਫੈਕਟਰੀਆਂ ਨੇ ਬੁਰਾ ਹਾਲ ਕਰਾਇਆ ਹੋਇਆ ਪਾਣੀ ਦਾ। ਮੈਂ ਕਿਡਨੀ ਟਰਾਂਸਪਲਾਂਟ ਕਰਾਈ ਹੈ ਜੀ। ਕਿੱਥੋਂ ਕਰਾਈ? ਚੰਡੀਗੜ੍ਹ, ਮੋਹਾਲੀ ਤੋਂ, IVI ਹਸਪੀਟਲ 'ਚੋਂ। ਬਹੁਤ ਪੈਸਾ ਲਾਇਆ ਜੀ ਮੈਂ ਤਾਂ।
दूजे पासे इस घर के मामले नूं लै के लहर गगा तों आम आदमी पार्टी के विधायक बरिंदर गोयल ने पंजाब दे विधानसभा स्पीकर अते पोल्यूशन कंट्रोल बोर्ड दे वड्डे अधिकारियों दे नाल बैठक कीती अते इस समस्या लै के गए। कहा घग्गर नदी विच जहरीले काले रंग दा पानी पाउण वाले लोकां उते कारवाई होवे, इस विच पानी दी एंट्री बंद कीती जाए क्योंकि उस दे इलाके दे लोक मर रहे हन। विधायक ने दस्या कि 80% लोग पिंड विच बीमार हन, ज्यादातर लोगों नूं किडनी काला पीलिया कैंसर वर्गे भयानक रोग हन। घग्गर साढ़े लिए पूरे हल्के दे लिए सराफ है। पहला तो ये हड़ां की गल आ जाती है, वह हड़ां के लिए असी सारे का सिस्टम बना लिया। हड़ां घग्गर की सफाई का काम शुरू करता, जिहड़े कमजोर बन ने उन्होंने मजबूत करन दी गल कीती हुई है, वह सारा काम घग्गर ते चल रहा। दूजी गल है भी सारा साल इस घग्गर दे विच सारिया फैक्ट्रिया का दूषित पानी काला पानी और बिल्कुल जहर है, वह सारा साल ये बगदा है। वो पानी है रिस रिस के धरती जाई जाता, तो ट्यूबवैलों का नलकों का सारा पानी है जोड़ा खराब हो चुका है। असी इस संबंध में आदर्शपाल जी जो पंजाब पोल्यूशन कंट्रोल बोर्ड के चेयरमैन ने उन्होंने स्पीकर साहब के दफ्तर के मिले सी, तो उन्होंने पूछा सी भी किस तरीके क्यों ही पानी आ रहा है, तो उन्होंने दस्या कि पिछों फैक्ट्रिया का पानी आ रहा है। असी उन्होंने सारी रिपोर्ट ले भी कहा भी सानूं दसो भी किवें कित्थों पानी चलता की फैक्ट्री है। सो यह एक इस तरह की मतलब घग्गर की मार है जो कि यह पानी रिस के धरती जाता, तो जदों हवा चलती है पिंडां नूं हवा चलती है तो यह पोजिशन होंगी कि लोगों को सह लेना भी औखा हो जाता है। ये पशु बढ़ जाते हैं, चामड़ी का रोग हो जाता है। लोगों को उत्थे कोई पिंड ऐसा नहीं जिते 20-30 मरीज कैंसर के या चामड़ी के रोग के नाम हो। सो मेरा कहने तो भाव है घग्गर साढ़े लिए ऐसा एक संताप है, साढ़े लोगों के लिए जो हंडा रहे हैं असं, तो सारे लोग बीमार हो रहे हैं तो पशु बीमार हो रहे हैं। सो इस तरह का घग्गर की साढ़े बहुत बड़ी मार है। पिंड विच होर अगे वधीए तां एक घर विच नौजवान बीमार पिया सी, उस नाल गलबात कीती गई तां उसने दस्या कि उसनू किडनी दा रोग है। पहला पिंड दे लोक पैसे दे दिंदे सन, इलाज करवा लैंदा सी, पर हुण इलाज महंगा हो गया है। मेरे गुरदे दो ही डेड ने जी, ते छोटे छोटे बच्चे ने मेरे। किन्ने साल तो समस्या है ये? 2 साल हो गए जी समस्या नू। ते इक मेरी छोटी जी दुकान है जी, और काम कोई कर नहीं सकदा मैं। कारण एक घग्गर का पानी है जी, बहुत खराब है, ये करके बहुत सारे लोग बीमार होए ने, ते जेड़े भी घग्गर दे एरिया ने पिंड ने सारे पीट दे बीमारी नाल होए ने। इलाज कराने लई किन्ना खर्चा दस्या है? इलाज कराने लई 10 लाख रुपया मंगा डॉक्टर ने, साढ़े लवे कोई सहारा नहीं है किसी का भी। पहला डैलसा डूलसा पिंड वाले ने कराइया सी, बस उस तो बाद में कोई इलाज नहीं होया। सरकार असी भी बेनती कर रहे हैं भी साडा इलाज होए। परिवार च होर भी बीमार रहा कोई? परिवार च मेरा डैडी पहला गुजर गया जी इस बीमारी नाल, ते बाकी होर भी सारे पिंडा च ही मरीज बहुत ने। अजिहा नहीं है कि जो हालत एक पिंड की है, घग्गर नदी के कंडे बसे सारे पिंडा की इंज ही हालत है। सारे लोग भयानक बीमारियों नाल पीड़ित हैं क्योंकि ना तो इन्हां लोगों को पीण लई शुद्ध पानी मिलता है अते ना ही साह लैण लई शुद्ध हवा, क्योंकि घग्गर नदी अपने जहरीले पानी दे चलदे इन्हां दे पीण दे पानी विच भी जहर घोल रही है। जगबानी टीवी लई संगरूर तो अनिल जैन की रिपोर्ट।